ਕੋਰੋਨਾ ਕਾਲ ਦੇ ਚੱਲਦੇ ਜਿੱਥੇ ਦੇਸ਼ ਭਰ ਦੇ ਵਿੱਚ ਐਂਬੂਲੈਂਸ ਚਾਲਕਾਂ ਦੇ ਵੱਲੋਂ ਓਵਰ ਚਾਰਜ ਵਸੂਲਣ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੈ ਉੱਥੇ ਪੁਲਿਸ ਨੂੰ ਵੀ ਇਸ ਗੱਲ ਦੀ ਕਾਫੀ ਸੂਚਨਾਵਾਂ ਮਿਲੀਆਂ ਨੇ ਅਤੇ ਇਸੇ ਦੇ ਚੱਲਦੇ ਲੁਧਿਆਣਾ ਦੇ ਸਿਵਲ ਹਸਪੀਟਲ ਅਤੇ ਹੋਰ ਨਾਮੀ ਹਸਪੀਟਲ ਦੇ ਅੱਗੇ ਐਂਬੂਲੈਂਸ ਸਟੈਂਡ ਤੇ ਖੜੀ ਐਂਬੂਲੈਂਸ ਤੇ ਲੁਧਿਆਣਾ ਪੁਲਿਸ ਨੇ ਨੋ ਓਵਰ ਚਾਰਜ ਲਿਖ ਕੇ ਹੈਲਪਲਾਈਨ ਨੰਬਰ ਜਾਰੀ ਕੀਤਾ ਤਾਂ ਕਿ ਜ਼ਿਆਦਾ ਪੈਸੇ ਵਸੂਲਣ ਵਾਲੇ ਚਾਲਕਾਂ ਦੇ ਖਿਲਾਫ ਕਾਰਵਾਈ ਹੋ ਸਕੇ। ਇਸ ਮੌਕੇ ਲੁਧਿਆਣਾ ਟ੍ਰੈਫਿਕ ਏਸੀਪੀ ਗੁਰਦੇਵ ਸਿੰਘ ਨੇ ਕਿਹਾ ਕਿ ਕਾਫੀ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਐਂਬੂਲੈਂਸ ਚਾਲਕ ਜ਼ਿਆਦਾ ਚਾਰਜ ਹੈ ਜੋ ਮਰੀਜ਼ਾਂ ਤੋਂ ਵਸੂਲ ਰਹੇ ਸਨ। ਇਸ ਨੂੰ ਲੈ ਕੇ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਐਂਬੂਲੈਂਸ ਤੇ ਟ੍ਰੈਫਿਕ ਪੁਲਿਸ ਦੇ ਵੱਲੋਂ ਸਟਿੱਕਰ ਲਗਾਏ ਗਏ ਨੇ। ਉੱਧਰ ਐਂਬੂਲੈਂਸ ਚਾਲਕ ਦਾ ਕਹਿਣਾ ਹੈ ਕਿ ਸ਼ਹਿਰ ਦੇ ਵਿੱਚ ਨਕਲੀ ਐਂਬੂਲੈਂਸ ਚੱਲ ਰਹੀਆਂ ਨੇ ਜੋ ਜ਼ਿਆਦਾ ਪੈਸੇ ਵਸੂਲ ਰਹੇ ਨੇ। ਉੱਥੇ ਹੀ ਉਹਨਾਂ ਨੇ ਟ੍ਰੈਫਿਕ ਪੁਲਿਸ ਨੂੰ ਲਗਾਏ ਗਏ ਸਟਿੱਕਰ ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਮੇਰਾ ਜਗਦੀਪ ਸਿੰਘ ਬਿੱਟੂ ਹੈ ਜੀ। ਅਸੀਂ ਐਂਬੂਲੈਂਸ ਆਪਰੇਟ ਕਰਦੇ ਹਾਂ ਜੀ ਲੁਧਿਆਣੇ 'ਚ, ਆਲ ਲੁਧਿਆਣੇ 'ਚ। ਅਸੀਂ ਖੁਦ ਅੱਜ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਜੋ ਸਾਡੀਆਂ ਪ੍ਰੋਪਰ ਐਂਬੂਲੈਂਸਾਂ ਉਹਨਾਂ ਨੂੰ ਮਾਰਕ ਕੀਤਾ ਜਾਵੇ। ਸਾਡੀ ਜਿਹੜੀ ਪ੍ਰੋਪਰ ਐਂਬੂਲੈਂਸਾਂ ਦੇ ਐਂਬੂਲੈਂਸਾਂ ਦੀ ਆੜ 'ਚ ਨਕਲੀ ਐਂਬੂਲੈਂਸਾਂ ਲੁਧਿਆਣੇ 'ਚ ਬਹੁਤ ਚੱਲ ਰਹੀਆਂ। ਉਹਨਾਂ ਦੀ ਵਜ੍ਹਾ ਨਾਲ ਪੈਸੇ ਵੱਧ ਉਹ ਲੈਂਦੇ ਆ, ਪ੍ਰੋਪਰ ਐਂਬੂਲੈਂਸ ਵਾਲੀ ਤਾਂ ਕੰਪਲੇਂਟ ਹੋ ਜਾਏਗੀ। ਉਹ ਟੈਕਸੀ ਗੱਡੀਆਂ ਜਾਂ PV01 ਉਹਨੇ ਬੱਤੀਆਂ ਲਗਾ ਕੇ ਐਂਬੂਲੈਂਸਾਂ ਚਲਾ ਰਹੇ, ਲੋਕਾਂ ਤੋਂ ਨਜਾਇਜ਼ ਪੈਸੇ ਵਸੂਲ ਰਹੇ ਆ, ਬਦਨਾਮ ਸਾਡੀਆਂ ਗੱਡੀਆਂ ਹੁੰਦੀਆਂ। ਇਸ ਕਰਕੇ ਪ੍ਰਸ਼ਾਸਨ ਨੂੰ ਅਸੀਂ ਖੁਦ ਮੰਗ ਕੀਤੀ ਹੈ ਕਿ ਸਾਡੀਆਂ ਗੱਡੀਆਂ ਦੀ ਮਾਰਕ ਕੀਤੀ ਜਾਵੇ। ਜਿਹੜੇ ਲੁੱਟ ਹੋਣ ਤੋਂ ਦੂਜੇ ਪੇਸ਼ੈਂਟ ਦੇ ਰਿਸ਼ਤੇਦਾਰ ਜਾਂ ਕੋਈ ਡੈਡ ਬੋਡੀ ਵਾਲੇ, ਜ਼ਿਆਦਾ ਪੈਸੇ ਨਾ ਕਿਸੇ ਤੋਂ ਦਿੱਤੇ ਜਾਣ, ਨਾ ਕੋਈ ਲੁੱਟੇ ਜਾ ਸਕੇ। ਕਿੰਨੀ ਕੁ ਵੱਡੀ ਲੁੱਟ ਹੁੰਦੀ ਸੀ ਜਿਵੇਂ ਐਂਬੂਲੈਂਸ, ਜਿਹੜੀ ਜਾਲੀ ਐਂਬੂਲੈਂਸ ਹੈ ਜੀ, ਉਹ ਤਾਂ ਕੋਈ ਪਤਾ ਨਹੀਂ। ਲੋਕਲ ਬੋਡੀ ਤਾਂ 5000 ਵੀ ਲੈ ਲੈਂਦੇ, 7000 ਵੀ ਲੈ ਲੈਂਦੇ, ਪਰ ਅਸੀਂ ਨਹੀਂ ਨਾ ਲੈ ਸਕਦੇ ਜੀ। ਤਾਂ ਪ੍ਰੋਪਰ ਐਂਬੂਲੈਂਸ ਵਾਲੇ, ਸਾਡੀ ਤਾਂ ਗੱਡੀ ਤੇ ਆਰ ਸੀ, ਰਜਿਸਟ੍ਰੇਸ਼ਨ ਤਾਂ ਕੈਂਸਲ ਹੋ ਜਾਏਗੀ, ਉਹਨਾਂ ਨੇ ਤਾਂ ਹੈ ਹੀ ਕੱਖ ਨਹੀਂ ਉਹਨਾਂ ਕੋਲ। ਤੇ ਹੁਣ ਕੀ ਰੇਟ ਤੈਅ ਹੋਇਆ ਵਾ ਜਿਹੜਾ ਤੁਸੀਂ? ਰੇਟ ਗਵਰਨਮੈਂਟ ਦੇ ਰੇਟ ਅਲੱਗ ਅਲੱਗ ਫਿਕਸ ਰੇਟ ਹੈ ਜੀ, 12 ਰੁਪਏ ਕਿਲੋਮੀਟਰ ਹੈ। ਓਕੇ, ਕੋਵਿਡ ਬੋਡੀ ਵਾਸਤੇ ਜਾਂ ਪੇਸ਼ੈਂਟ ਵਾਸਤੇ। ਜੋ ਅੱਜ ਪੁਲਿਸ ਵੱਲੋਂ ਕੀਤਾ ਗਿਆ ਸਟਿੱਕਰ ਲਗਾਏ ਗਏ, ਬਹੁਤ ਵਧੀਆ ਕੰਮ ਕੀਤਾ ਗਿਆ ਜੀ। ਸੰਤੁਸ਼ਟੀ ਤੋਂ? ਹਾਂ, ਸੰਤੁਸ਼ਟੀ ਸਰ, ਅਸੀਂ ਤਾਂ ਖੁਦ ਮੰਗ ਕਰਦੇ ਹਾਂ, ਅਸੀਂ ਤਾਂ ਖੁਦ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਵੀ ਸਾਡੀਆਂ ਗੱਡੀਆਂ ਦੀ ਮਾਰਕਾਂ ਕੀਤੀਆਂ ਜਾਣ, ਕੋਈ ਫਾਲਤੂ ਪੈਸਾ ਅਸੀਂ ਨਹੀਂ ਵਸੂਲਾਂਗੇ। ਜੋ ਗੌਰਮੈਂਟ ਵੱਲੋਂ ਰੇਟ ਫਿਕਸ ਕੀਤੇ ਗਏ ਨੇ, ਅਸੀਂ ਲਗਾਏ ਹੋਏ ਰੇਟ ਲਿਸਟ ਸਾਓ ਡਿਸਪਲੇ ਕੀਤੇ ਹੋਏ, ਉਸ ਤੋਂ ਕੋਈ ਨਜਾਇਜ਼ ਪੈਸਾ ਅਸੀਂ ਨਹੀਂ ਲੈਣਾ। ਅਤੇ ਪਰ ਦੂਜਿਆਂ 'ਤੇ ਨੱਥ ਪਾਈ ਜਾਵੇ, ਉਹਨਾਂ ਨੂੰ ਕਾਬੂ ਕੀਤਾ ਜਾਵੇ ਜੋ ਜਾਲੀ ਕੰਮ ਕਰ ਰਹੇ ਨੇ। ਕੁਛ ਸਾਡੇ ਸੀਨੀਅਰ ਅਫਸਰ ਸਾਹਿਬਾਨ ਨੂੰ ਹਲੇ ਵੀ ਛਿੱਟਾ ਪੁੱਟਾ, ਜਿਹੜੀਆਂ ਅਜਿਹੀਆਂ ਇਨਫੋਰਮੇਸ਼ਨ ਜਾ ਰਹੀਆਂ ਨੇ ਕਿ ਐਂਬੂਲੈਂਸ ਦੇ ਜਿਹੜੇ ਚਾਲਕ ਨੇ, ਮਾਲਕ ਨੇ, ਉਹ ਐਂਬੂਲੈਂਸਾਂ ਦਾ ਰੇਟ ਜਿਹੜੇ ਫਿਕਸ ਕੀਤੇ ਗਏ ਨੇ ਉਹਨਾਂ ਨਾਲੋਂ ਵੱਧ ਚਾਰਜ ਕਰ ਰਹੇ ਨੇ। ਉਸ ਸੰਬੰਧ ਵਿੱਚ ਸਾਡੇ ਮਾਣਯੋਗ ਜੁਆਇੰਟ ਕਮਿਸ਼ਨਰ ਆਫ ਪੁਲਿਸ ਸ੍ਰੀ ਦੀਪਕ ਪਾਰਿਕ ਜੀ IPS ਸਰ ਵੱਲੋਂ ਸਾਨੂੰ ਆਦੇਸ਼ ਹੋਏ, ਜਿਨ੍ਹਾਂ ਦੇ ਆਦੇਸ਼ਾਂ ਦੀ ਪਾਲਣਾ ਹਿੱਤ ਅਸੀਂ ਸਾਡੇ ਜਿਹੜੇ ਸ਼ਹਿਰ 'ਚ ਐਂਬੂਲੈਂਸ ਆਪਰੇਟ ਕਰ ਰਹੀਆਂ ਸੀ ਉਹਨਾਂ ਦੇ ਉੱਤੇ ਬਾਕਾਇਦਾ ਤੌਰ 'ਤੇ ਅਸੀਂ ਲਿਖ ਰਹੇ ਹਾਂ ਕਿ ਜੇਕਰ ਕੋਈ ਵੀ ਐਂਬੂਲੈਂਸ ਚਾਲਕ ਮੁਕਰਰ ਕਿਰਾਏ ਤੋਂ ਵੱਧ ਵਸੂਲ ਕਰਦਾ ਤਾਂ ਉਹਦੇ 'ਤੇ ਅਸੀਂ ਆਪਣਾ ਜਿਹੜਾ ਸਾਡਾ ਟ੍ਰੈਫਿਕ ਕੰਟਰੋਲ ਦਾ ਨੰਬਰ ਦਿੱਤਾ ਕਿ ਸਾਨੂੰ ਤੁਰੰਤ ਸੂਚਨਾ ਦਿੱਤੀ ਜਾਵੇ ਤਾਂ ਕਿ ਅਸੀਂ ਬਣਦੀ ਕਾਰਵਾਈ ਕਰ ਸਕੀਏ। ਇਹਦੇ ਨਾਲ ਨਾਲ ਮੈਂ ਤੁਹਾਡੇ ਚੈਨਲ ਰਾਹੀਂ ਮੈਂ ਉਹਨਾਂ ਲੋਕਾਂ ਨੂੰ ਚੇਤਾਵਨੀ ਦਿੰਦਾ ਜਿਹੜੇ ਐਂਬੂਲੈਂਸ ਦੀ ਬਜਾਏ ਆਮ ਗੱਡੀਆਂ ਨੂੰ ਬਤੌਰ ਐਂਬੂਲੈਂਸ ਬਣਾ ਕੇ ਚਲਾ ਰਹੇ ਨੇ ਕਿ ਉਹ ਆਪਦੇ ਇਸ ਕੰਮ ਤੋਂ ਬਾਅਦ ਆ ਜਾਣ, ਨਹੀਂ ਤਾਂ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਅਸੀਂ ਲਿਸਟਾਂ ਜਿਹੜੀਆਂ ਕਲੈਕਟ ਕਰ ਰਹੇ ਹਾਂ, ਲਿਸਟਾਂ ਤਿਆਰ ਹੋ ਰਹੀਆਂ ਨੇ। ਜਿਹੜੀਆਂ ਵੀ ਪ੍ਰਾਈਵੇਟ ਗੱਡੀਆਂ ਨੂੰ ਬਤੌਰ ਐਂਬੂਲੈਂਸ ਬਣਾ ਕੇ ਲੋਕ ਚਲਾ ਰਹੇ ਨੇ ਉਹਨਾਂ ਦੇ ਖਿਲਾਫ਼ ਅਸੀਂ ਸਖ਼ਤ ਕਾਰਵਾਈ ਕਰਨ ਜਾ ਰਹੇ ਹਾਂ। ਸਰ, ਐਂਬੂਲੈਂਸਾਂ ਜੋ ਹੋਸਪਿਟਲ ਮੈਂਬਰ ਵੀ ਐਂਬੂਲੈਂਸਾਂ ਨੇ ਉਹ ਵੀ ਪੇਸ਼ੈਂਟ ਨੂੰ ਛੱਡਣ ਜਾਂਦੇ ਨੇ ਔਰ ਪੈਸੇ ਲੈਂਦੇ ਨੇ, ਉਹਨਾਂ ਦੇ ਵੀ ਸਟਿੱਕਰ ਲਗਾਏ ਜਾਣਗੇ ਕਿ? ਬਿਲਕੁਲ ਜੀ, ਐਂਬੂਲੈਂਸ ਦਾ ਮਤਲਬ ਜਿਹੜੀ ਵੀ ਐਂਬੂਲੈਂਸ, ਉਹ ਭਾਵੇਂ ਕਿਸੇ ਹੋਸਪਿਟਲ ਦੀ ਹੈ ਭਾਵੇਂ ਕਿਸੇ ਉਹ ਪ੍ਰਾਈਵੇਟ ਹੈ, ਜੇਕਰ ਉਹ ਚਾਰਜ ਕਰਦੀ ਹੈ ਤਾਂ ਚਾਰਜ ਦਾ ਜਿਹੜਾ ਮੁਕਰਰ ਜਿਹੜਾ ਕਿਰਾਇਆ ਮੁਕਰਰ ਕੀਤਾ ਗਿਆ ਕਿਲੋਮੀਟਰਾਂ ਦੇ ਹਿਸਾਬ ਨਾਲ ਉਸ ਨਾਲ ਹੀ ਲਿਆ ਜਾਏਗਾ। ਜੇ ਉਸ ਤੋਂ ਵੱਧ ਕੋਈ ਕਰੇਗਾ ਤਾਂ ਉਹਦੇ ਖਿਲਾਫ਼ ਜਿਹੜੀ ਹੈਗੀ ਅਸੀਂ ਕਾਰਵਾਈ ਕਰਾਂਗੇ। ਧੰਨਵਾਦ। ਅੱਜ ਸਰ ਕਿੰਨੀ ਐਂਬੂਲੈਂਸਾਂ ਲਗਾ ਰਹੇ ਹੋ? ਅੱਜ ਗਿਣਤੀ ਨਹੀਂ ਜੀ, ਜਿੰਨੇ ਵੀ ਸਾਡੇ ਹੁਣ ਜਿਵੇਂ ਅਸੀਂ ਹੁਣ ਇੱਥੇ ਸਿਵਲ ਹੋਸਪਿਟਲ ਕੋਲ ਕਰ ਰਹੇ ਹਾਂ, 12-13 ਐਂਬੂਲੈਂਸਾਂ ਨੂੰ ਅਸੀਂ ਲਗਾ ਚੁੱਕੇ ਹਾਂ। ਇਸ ਤੋਂ ਬਾਅਦ CNC ਇੱਦਾਂ ਜਿਹੜੀ ਸਾਡੀ ਮਹਿਮ ਹੈ ਇਹ ਸਾਡੀ ਸਾਰੇ ਸ਼ਹਿਰ 'ਚ ਅੱਜ ਚੱਲ ਰਹੀ ਹੈ। ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੇ ਨਾਲ ਸੰਜੀਵ ਸੇਤੀਆ ਦੀ ਰਿਪੋਰਟ।